ਦੇਖਾ। ਬਾਲਾਜੀ ਦੇ ਮੰਦਿਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਸ਼ਰਧਾਲੂ ਪਹਿਲਾਂ ਤਾਂ ਮੱਥਾ ਟੇਕਦਾ ਹੈ ਤੇ ਫਿਰ ਬਾਲਾਜੀ ਦੀ ਮੂਰਤੀ ਦੇ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਸ਼ਾਇਦ ਉਸ ਨੂੰ ਇਹ ਨਹੀਂ ਸੀ ਪਤਾ ਕਿ ਬਿਲਕੁਲ ਉਸ ਦੇ ਸਿਰ ਦੇ ਪਿਛਲੇ ਪਾਸੇ ਸੀਸੀਟੀਵੀ ਕੈਮਰਾ ਲੱਗਿਆ ਤੇ ਉਸ ਦੇ ਵੱਲੋਂ ਜੋ ਵੀ ਅੱਗੇ ਖੜ ਕੇ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਰੀਆਂ ਹੀ ਉਸ ਦੇ ਵਿੱਚ ਕੈਦ ਹੋ ਗਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਪੰਚਮੁਖੀ ਬਾਲਾਜੀ ਦੀ ਮੂਰਤੀ ਦੇ ਅੱਗੇ ਇਹ ਮੱਥਾ ਟੇਕਦਾ ਨਜ਼ਰ ਆ ਰਿਹਾ। ਹਾਲਾਂਕਿ ਇਸ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਕਿ ਇਹ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਜੇਬ 'ਚ ਪਾ ਲੈਂਦਾ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਪ੍ਰਸਿੱਧ ਬਾਲਾਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਹੁਣ ਜੋ ਪ੍ਰਬੰਧਕ ਕਮੇਟੀ ਸੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਨਾਲ ਹੀ ਸੀਸੀਟੀਵੀ ਵੀ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਇਸ ਚੋਰ ਦੀ ਲਗਾਤਾਰ ਹੁਣ ਭਾਲ ਕੀਤੀ ਜਾ ਰਹੀ ਹੈ ਕਿ ਆਖਰ ਇਸ ਦੇ ਵੱਲੋਂ ਚੋਰੀ ਕਿਉਂ ਕੀਤੀ ਗਈ ਹੈ, ਕਿਉਂਕਿ ਦੇਖਣ ਦੇ ਵਿੱਚ ਇਹ ਚੰਗਾ ਭਲਾ ਲੱਗ ਰਿਹਾ ਪਰ ਇਸ ਦੇ ਵੱਲੋਂ ਜੋ ਇਹ ਹਰਕਤ ਕੀਤੀ ਗਈ ਹੈ ਇਹ ਕਾਫੀ ਨੀਚ ਹਰਕਤ ਕੀਤੀ ਗਈ ਹੈ ਅਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਬਾਲਾਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਈ ਹੈ। ਦੱਸ ਦਈਏ ਕਿ ਪੰਚਮੁਖੀ ਜੋ ਮੂਰਤੀ ਸੀ ਉਸ ਦੇ ਅੱਗੇ ਇੱਕ ਚਾਂਦੀ ਦਾ ਗਲਾਸ ਪਿਆ ਸੀ ਅਤੇ ਉਸ ਨੂੰ ਚੁੱਕ ਕੇ ਇਹ ਮੌਕੇ ਤੋਂ ਫਰਾਰ ਹੋ ਗਿਆ। ਬਾਲਾਜੀ ਦੇ ਮੰਦਿਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਸ਼ਰਧਾਲੂ ਪਹਿਲਾਂ ਤਾਂ ਮੱਥਾ ਟੇਕਦਾ ਹੈ ਅਤੇ ਫਿਰ ਬਾਲਾਜੀ ਦੀ ਮੂਰਤੀ ਦੇ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਸ਼ਾਇਦ ਉਸ ਨੂੰ ਇਹ ਨਹੀਂ ਸੀ ਪਤਾ ਕਿ ਬਿਲਕੁਲ ਉਸ ਦੇ ਸਿਰ ਦੇ ਪਿਛਲੇ ਪਾਸੇ ਸੀਸੀਟੀਵੀ ਕੈਮਰਾ ਲੱਗਿਆ ਅਤੇ ਉਸ ਦੇ ਵੱਲੋਂ ਜੋ ਵੀ ਅੱਗੇ ਖੜ ਕੇ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਰੀਆਂ ਹੀ ਉਸ ਦੇ ਵਿੱਚ ਕੈਦ ਹੋ ਗਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਪੰਚਮੁਖੀ ਬਾਲਾਜੀ ਦੀ ਮੂਰਤੀ ਦੇ ਅੱਗੇ ਇਹ ਮੱਥਾ ਟੇਕਦਾ ਨਜ਼ਰ ਆ ਰਿਹਾ। ਹਾਲਾਂਕਿ ਇਸ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਕਿ ਇਹ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਜੇਬ 'ਚ ਪਾ ਲੈਂਦਾ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਪ੍ਰਸਿੱਧ ਬਾਲਾਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਹੁਣ ਜੋ ਪ੍ਰਬੰਧਕ ਕਮੇਟੀ ਸੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਨਾਲ ਹੀ ਸੀਸੀਟੀਵੀ ਵੀ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਇਸ ਚੋਰ ਦੀ ਲਗਾਤਾਰ ਹੁਣ ਭਾਲ ਕੀਤੀ ਜਾ ਰਹੀ ਹੈ ਕਿ ਆਖਰ ਇਸ ਦੇ ਵੱਲੋਂ ਚੋਰੀ ਕਿਉਂ ਕੀਤੀ ਗਈ ਹੈ, ਕਿਉਂਕਿ ਦੇਖਣ ਦੇ ਵਿੱਚ ਇਹ ਚੰਗਾ ਭਲਾ ਲੱਗ ਰਿਹਾ ਪਰ ਇਸ ਦੇ ਵੱਲੋਂ ਜੋ ਇਹ ਹਰਕਤ ਕੀਤੀ ਗਈ ਹੈ ਇਹ ਕਾਫੀ ਨੀਚ ਹਰਕਤ ਕੀਤੀ ਗਈ ਹੈ ਅਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਬਾਲਾਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਈ ਹੈ। ਦੱਸ ਦਈਏ ਕਿ ਪੰਚਮੁਖੀ ਜੋ ਮੂਰਤੀ ਸੀ ਉਸ ਦੇ ਅੱਗੇ ਇੱਕ ਚਾਂਦੀ ਦਾ ਗਲਾਸ ਪਿਆ ਸੀ ਅਤੇ ਉਸ ਨੂੰ ਚੁੱਕ ਕੇ ਇਹ ਮੌਕੇ ਤੋਂ ਫਰਾਰ ਹੋ ਗਿਆ। ਬਾਲਾਜੀ ਦੇ ਮੰਦਿਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਸ਼ਰਧਾਲੂ ਪਹਿਲਾਂ ਤਾਂ ਮੱਥਾ ਟੇਕਦਾ ਹੈ ਅਤੇ ਫਿਰ ਬਾਲਾਜੀ ਦੀ ਮੂਰਤੀ ਦੇ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਸ਼ਾਇਦ ਉਸ ਨੂੰ ਇਹ ਨਹੀਂ ਸੀ ਪਤਾ ਕਿ ਬਿਲਕੁਲ ਉਸ ਦੇ ਸਿਰ ਦੇ ਪਿਛਲੇ ਪਾਸੇ ਸੀਸੀਟੀਵੀ ਕੈਮਰਾ ਲੱਗਿਆ ਅਤੇ ਉਸ ਦੇ ਵੱਲੋਂ ਜੋ ਵੀ ਅੱਗੇ ਖੜ ਕੇ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਰੀਆਂ ਹੀ ਉਸ ਦੇ ਵਿੱਚ ਕੈਦ ਹੋ ਗਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਪੰਚਮੁਖੀ ਬਾਲਾਜੀ ਦੀ ਮੂਰਤੀ ਦੇ ਅੱਗੇ ਇਹ ਮੱਥਾ ਟੇਕਦਾ ਨਜ਼ਰ ਆ ਰਿਹਾ। ਹਾਲਾਂਕਿ ਇਸ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਕਿ ਇਹ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਜੇਬ 'ਚ ਪਾ ਲੈਂਦਾ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਪ੍ਰਸਿੱਧ ਬਾਲਾਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਹੁਣ ਜੋ ਪ੍ਰਬੰਧਕ ਕਮੇਟੀ ਸੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਨਾਲ ਹੀ ਸੀਸੀਟੀਵੀ ਵੀ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਇਸ ਚੋਰ ਦੀ ਲਗਾਤਾਰ ਹੁਣ ਭਾਲ ਕੀਤੀ ਜਾ ਰਹੀ ਹੈ ਕਿ ਆਖਰ ਇਸ ਦੇ ਵੱਲੋਂ ਚੋਰੀ ਕਿਉਂ ਕੀਤੀ ਗਈ ਹੈ, ਕਿਉਂਕਿ ਦੇਖਣ ਦੇ ਵਿੱਚ ਇਹ ਚੰਗਾ ਭਲਾ ਲੱਗ ਰਿਹਾ ਪਰ ਇਸ ਦੇ ਵੱਲੋਂ ਜੋ ਇਹ ਹਰਕਤ ਕੀਤੀ ਗਈ ਹੈ ਇਹ ਕਾਫੀ ਨੀਚ ਹਰਕਤ ਕੀਤੀ ਗਈ ਹੈ ਅਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਬਾਲਾਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਈ ਹੈ। ਦੱਸ ਦਈਏ ਕਿ ਪੰਚਮੁਖੀ ਜੋ ਮੂਰਤੀ ਸੀ ਉਸ ਦੇ ਅੱਗੇ ਇੱਕ ਚਾਂਦੀ ਦਾ ਗਲਾਸ ਪਿਆ ਸੀ ਅਤੇ ਉਸ ਨੂੰ ਚੁੱਕ ਕੇ ਇਹ ਮੌਕੇ ਤੋਂ ਫਰਾਰ ਹੋ ਗਿਆ। ਬਾਲਾਜੀ ਦੇ ਮੰਦਿਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਸ਼ਰਧਾਲੂ ਪਹਿਲਾਂ ਤਾਂ ਮੱਥਾ ਟੇਕਦਾ ਹੈ ਅਤੇ ਫਿਰ ਬਾਲਾਜੀ ਦੀ ਮੂਰਤੀ ਦੇ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਸ਼ਾਇਦ ਉਸ ਨੂੰ ਇਹ ਨਹੀਂ ਸੀ ਪਤਾ ਕਿ ਬਿਲਕੁਲ ਉਸ ਦੇ ਸਿਰ ਦੇ ਪਿਛਲੇ ਪਾਸੇ ਸੀਸੀਟੀਵੀ ਕੈਮਰਾ ਲੱਗਿਆ ਅਤੇ ਉਸ ਦੇ ਵੱਲੋਂ ਜੋ ਵੀ ਅੱਗੇ ਖੜ ਕੇ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਰੀਆਂ ਹੀ ਉਸ ਦੇ ਵਿੱਚ ਕੈਦ ਹੋ ਗਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਪੰਚਮੁਖੀ ਬਾਲਾਜੀ ਦੀ ਮੂਰਤੀ ਦੇ ਅੱਗੇ
ਇਹ ਮੱਥਾ ਟੇਕਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਕਿ ਇਹ ਅੱਗੇ ਪਿਆ ਚਾਂਦੀ ਦਾ ਗਲਾਸ ਚੁੱਕ ਕੇ ਜੇਬ 'ਚ ਪਾ ਲੈਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਪ੍ਰਸਿੱਧ ਬਾਲਾ ਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਹੁਣ ਜੋ ਪ੍ਰਬੰਧਕ ਕਮੇਟੀ ਸੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਨਾਲ ਹੀ CCTV ਵੀ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਅਤੇ ਇਸ ਚੋਰ ਦੀ ਲਗਾਤਾਰ ਹੁਣ ਭਾਲ ਕੀਤੀ ਜਾ ਰਹੀ ਹੈ ਕਿ ਆਖਰ ਇਸ ਦੇ ਵੱਲੋਂ ਚੋਰੀ ਕਿਉਂ ਕੀਤੀ ਗਈ ਹੈ, ਕਿਉਂਕਿ ਦੇਖਣ ਦੇ ਵਿੱਚ ਇਹ ਚੰਗਾ ਭਲਾ ਲੱਗ ਰਿਹਾ ਹੈ, ਪਰ ਇਸ ਦੇ ਵੱਲੋਂ ਜੋ ਇਹ ਹਰਕਤ ਕੀਤੀ ਗਈ ਹੈ ਇਹ ਕਾਫੀ ਨੀਚ ਹਰਕਤ ਕੀਤੀ ਗਈ ਹੈ। ਅਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਬਾਲਾ ਜੀ ਮੰਦਿਰ ਦੇ ਵਿੱਚ ਇਹ ਚੋਰੀ ਹੋਈ ਹੈ। ਦੱਸ ਦਈਏ ਕਿ ਪੰਚਮੁਖੀ ਜੋ ਮੂਰਤੀ ਸੀ ਉਸ ਦੇ ਅੱਗੇ ਇੱਕ ਚਾਂਦੀ ਦਾ ਗਲਾਸ ਪਿਆ ਸੀ ਅਤੇ ਉਸ ਨੂੰ ਚੁੱਕ ਕੇ ਇਹ ਮੌਕੇ ਤੋਂ ਫਰਾਰ ਹੋ ਗਿਆ।